अज दोस्तों आप नाभा मंडी से तुहानू बहुत ही टॉप क्वालिटी दी मारवाड़ी मछेरियां दिखाउणियां ने। मिलते हैं बाई जी हुण। बाई सत श्रीकाल जी। सत श्रीकाल जी। बाई जी किहड़ा पिंड है जी? पिंड रूड़े के खुरदा जी, जिला बरनाला जी। जिला बरनाला। की नाम है जी अपना? जगराज सिंह जी। जगराज सिंह। अच्छा बाई जी अज आए हो मंडी? अज ही आए हैं जी सुबह। अच्छा जी, पहला भी मंडी ते आए हो कदे नाभा ते? अज नहीं जी, तीजी बार आए। अच्छा, तीजी बार आए हो। ਅਤੇ ਕੀ ਲੈ ਕੇ ਆਇਆ ਐਤਕੀ? ਇਹ ਜੀ ਇੱਕ ਤਾਂ ਉਹ ਘੋੜੀ ਅਤੇ ਬੱਚੀ ਉਹਦੇ ਨਾਲ ਹੈਗੀ, ਦੋ ਪੈਰ ਸਫੈਦ ਮੂਹਰਲੇ ਮੱਥੇ ਫੁੱਲ, ਜਿਹੜੀ ਨੂੰ ਆਪਾਂ ਲਕਸ਼ਮੀ ਬੋਲਦੇ ਹਾਂ, 110% ਨੰਬਰ। ਅੱਛਾ, ਲਕਸ਼ਮੀ ਉਹਨੂੰ? ਲਕਸ਼ਮੀ ਮਤਲਬ ਮੱਥੇ 'ਤੇ ਫੁੱਲ, ਦੋ ਪੈਰ ਸਫੈਦ ਮੂਹਰਲੇ, ਉਹਨੂੰ ਲਕਸ਼ਮੀ ਬੋਲਦੇ? ਲਕਸ਼ਮੀ ਬੋਲਦੇ ਆ, ਪਿਓਰ ਲਕਸ਼ਮੀ। ਪੂਰੇ 3 ਮਹੀਨੇ? ਹਾਂਜੀ, ਇਸੇ ਘੋੜੀ ਦੀ ਬੱਚੀ ਹੈ ਜੀ ਇਹ। ਠੀਕ ਹੈ, ਮਾਂ ਵੀ ਇਹਦੇ ਨਾਲ ਹੀ ਹੈ ਜੀ, ਦੇਖ ਸਕਦੇ ਨਾਲ ਹੀ ਹੈ ਜੀ। ਇਹ ਜੀ ਜਿਹੜੇ ਬੰਦੇ ਨੇ ਪਹਿਲਾਂ ਘੋੜੀ ਜਿਹਦੇ ਘਰੋਂ ਆਈ ਆ, ਉਹਨੇ ਆਪਾਂ ਨੂੰ ਕਿਰਲਗੜ ਵਾਲੇ ਘੋੜੇ ਤੋਂ ਗੱਬਣ ਘੋੜੀ ਦੱਸਿਆ ਸੀ। ਅੱਛਾ, ਕਿਰ ਲਗਾ ਖਰੀਦਾ, ਸੂਈ ਸਵਾਈ ਲਈ ਸੀ, ਮੇਰੇ ਕੋਲ ਤਾਂ 1.5 ਮਹੀਨਾ ਹੋਇਆ ਘੋੜੀ ਆਈ। ਠੀਕ ਹੈ। ਘੋੜੀ ਦੀ ਹਾਈਟ 62+ ਹੈ ਜੀ। 62+ ਹੈ ਪੂਰੀ ਘੋੜੀ ਦੀ ਲੈਂਥ ਹੈ ਜੀ। ਮਾਰਵਾੜੀਆਂ 'ਚ ਪਿਓਰ ਘੋੜੀ ਹੈ, ਰੱਬ ਆਪਣੇ ਮੈਨੂੰ ਤਾਂ ਰੁਪਈਏ ਦਾ ਰੁਪਈਏ ਹੈ, ਬਾਕੀ ਵੀਰਾਂ ਨੇ ਜਿਹੜੇ ਦੇਖਣ ਆਉਂਦੇ ਇਹਨਾਂ ਨੇ ਕੁਆਲਿਟੀ ਜੈੱਡ ਬਲੈਕ ਹੈ ਨਾ ਜੀ, ਪੂਰੀ ਜੈੱਡ ਬਲੈਕ ਜੀ। ਜੈੱਡ ਬਲੈਕ ਜਮਾ ਜੈੱਡ ਬਲੈਕ, ਤੇ ਕੋਈ ਬਾਲ ਨਹੀਂ ਚਿੱਟਾ ਨਾ, ਪਿਓਰ ਬਲੈਕ ਜੈੱਡ ਬਲੈਕ। ਜੈੱਡ ਬਲੈਕ ਬਹੁਤ ਘੱਟ ਘੋੜੀਆਂ ਮਿਲਦੀਆਂ ਨੇ, ਪਿਓਰ ਜੈੱਡ ਬਲੈਕ। ਬੱਚੀ ਦੇ ਮਾਰਕਾ ਦਿੱਤਾ ਜੀ ਇਹਨੇ, ਮੱਥੇ ਫੁੱਲ, ਦੋ ਪੈਰ ਸਫੈਦ ਮੂਹਰਲੇ, ਇਹਨੇ ਮਾਰਕਾ ਕੱਢੇ। ਠੀਕ ਹੈ ਜੀ। ਹਾਂਜੀ, ਤੇ ਇਹਦਾ ਪਿਓ ਆ ਜੀ, ਆਪਾਂ ਕਿਰ ਲਗਾਉਣ ਵਾਲੇ ਘੋੜੇ ਦੀ ਲਾਈਏ ਤਾਂ ਪਿਓਰ ਜੈੱਡ ਬਲੈਕ ਉਹ ਹੈ। ਅੱਛਾ, ਉਹ ਵੀ ਘੋੜਾ ਪਿਓ ਜੈੱਡ ਬਲੈਕ, ਬੱਚੀ ਦੇ ਮਾਰਕੇ ਆ ਇਹ। ਹਾਂ, ਮਾਰਕਾ ਬਹੁਤ ਸੋਹਣਾ ਹੈ ਅੱਗੇ ਵਾਲਾ। ਹਾਂਜੀ ਹਾਂਜੀ, ਕਿਉਂਕਿ ਚਿੱਟੇ ਪੈਰ, ਇਹ ਕੁਦਰਤ ਦੇ ਵੀ ਇਹਦੇ ਵਿੱਚ ਬਹੁਤ ਵੱਡੇ ਸਹਿਜ ਹੋ ਗਏ। ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਸੋਹਣੀ ਬਛੇਰੀ ਹੈ ਜੀ। ਤੇ ਇੱਕ ਆਹ ਬਛੇਰੀ ਹੈ ਜੀ ਨਾਲ, ਇਹ ਵੀ ਬਹੁਤ ਸੋਹਣੀ। ਇਹ ਮਾਰਵਾੜੀ ਹੈ ਜੀ, ਪਿਓਰ 3 ਪੈਰ ਚਿੱਟੇ ਮੱਥੇ ਪਟਾ। ਠੀਕ ਹੈ ਜੀ। ਇਹ ਰਾਜਸਥਾਨ 'ਚੋਂ ਸੂਰਜ ਘੋੜੇ ਦੀ ਬੱਚੀ ਹੈ ਜੀ, ਆਪਾਂ ਘੋੜੀ ਸੂਈ ਸਵਾਈ ਲਈ ਸੀ। ਹਾਂ, ਮੈਂ ਦੇਖ ਲਈ, ਮੈਂ ਕਿਤੇ ਲੱਗੀ ਹੁਣ। ਇਹ ਦੂਜੀ ਘੋੜੀ ਨੇ ਪੈਰ ਧਰਤਾ ਸੀਗਾ ਜੀ। ਅੱਛਾ ਅੱਛਾ, ਇਹ ਛੋਟਾ ਜਿਹਾ ਬੱਚਾ ਸੁੱਤਾ ਪਿਆ ਹੁੰਦਾ ਕਈ ਵਾਰ। 16 ਦਿਨਾਂ ਦੀ ਸੀਗੀ ਜੀ। ਹਾਂ, ਭਾਵੇਂ ਕੋਸ਼ਟ ਵਧੇਰੀ ਕਰੀ ਪਰ ਜੁੜਿਆ ਨਹੀਂ। ਚਲੋ, ਬਾਕੀ ਵਾਲ ਭੌਰੀਆਂ ਦੀਆਂ ਕਲੀਅਰ ਨੇ ਜੀ ਸਾਰੀਆਂ? ਦੋਨੇ ਤਿੰਨੇ ਜੀ, ਤਿੰਨੇ ਹੀ ਕਲੀਅਰ। ਵਾਲ ਭੌਰੀਆਂ 1 ਨੰਬਰ ਕਲੀਅਰ। ਠੀਕ ਹੈ, ਇਹ ਬੱਚੀ ਕਿੰਨੇ ਚਿਰ ਦੀ ਹੋ ਗਈ? ਇਹ 2.5 ਮਹੀਨਿਆਂ ਦੀ ਜੀ, ਰਾਤ ਹੀ ਰੱਸਾ ਪਾ ਕੇ ਲਿਆਂਦਾ, ਦੁੱਧੋਂ ਤੋੜ ਕੇ ਲਿਆਂਦੀ ਹੈ ਰਾਤ। ਅੱਛਾ ਜੀ। ਮਾਂ ਨੂੰ 2-2, 4-4 ਵਾਰੀ ਚੁੰਘਦੀ ਸੀ ਪੂਰੇ ਜ਼ੋਰ ਨਾਲ। ਠੀਕ ਹੈ ਜੀ। ਗੱਲ ਕਰੂੰ, ਸਾਡਾ ਵਪਾਰ ਲੈਣ ਦਾ ਕੰਮ ਹੈ ਜੀ। ਅੱਛਾ। ਸਾਨੂੰ ਜਾਨਵਰ ਮਨ ਅਰੇਂਜਮੈਂਟ ਕਰਨੀ ਪੈਂਦੀ ਹੈ ਜੀ, ਇੰਨੇ ਜਾਨਵਰ ਮਗਰ ਦਾ ਬੰਦਾ ਸਾਂਭਲੂ। ਹਾਂਜੀ ਹਾਂਜੀ, ਅਸੀਂ ਘਰੋਂ ਮੰਡੀ ਤੇ ਜਾਂਦੇ ਆ ਵੀ ਅਸੀਂ ਉਹਨੇ ਕੇ ਸਾਂਭਲਾਂਗੇ ਉੱਥੇ। ਠੀਕ ਹੈ ਜੀ। ਐ ਅਰੇਂਜਮੈਂਟ ਹੋ ਜਾਂਦਾ। ਸੇਲ ਪਰਚੇਸ ਦਾ ਵੀ ਕੰਮ ਆ ਤੁਹਾਡਾ? ਹੈ ਹਾਂਜੀ ਹਾਂਜੀ, ਪੂਰਾ ਤਰ੍ਹਾਂ ਤੇ ਸੇਲ ਪਰਚੇਸ ਦਾ ਕੰਮ। ਮਤਲਬ ਜੇ ਕੋਈ ਵੀ ਤੁਹਾਡੇ ਘਰੋਂ ਵੀ ਜੇ ਕੋਈ ਬੰਦਾ ਘਰੇ, ਆਪਣੇ ਕੋਲੇ 8-9 ਜਾਨਵਰ 8 ਪੈ ਰਹਿੰਦੇ ਜੀ। 8 ਪੈ ਰਹਿੰਦੇ ਨੇ, ਜਿੰਨੇ ਮਤਲਬ ਜੇ ਤੁਸੀਂ ਲੈਣੇ ਚਾਹੋ ਤਾਂ ਇਹਨਾਂ ਬਾਈ ਜੀ ਹੁਣਾਂ ਕੋਲ ਕਦੇ ਵੀ ਆ ਕੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਘੋੜੀ ਲੈਣੀ ਹੈ, ਲੈ ਸਕਦੇ ਹੋ। ਲੈ ਸਕਦੇ ਹੋ ਆ ਕੇ, ਨੁਕਰੀ, ਚੰਬੀ, ਮਾਰਵਾੜੀ, ਸਿੰਧੀ, ਜਿਹੜੀ ਕਹੋਗੇ ਉਹ ਹਾਜ਼ਰ ਕਰ ਦੇਣਗੇ, ਹੈ ਨਾ ਜੀ? ਹਾਂਜੀ ਹਾਂਜੀ। ਤੇ ਵੀਰ ਜੀ, ਹੁਣ ਆ ਗਈ ਜੀ ਗੱਲ ਇਹਨਾਂ ਦੀ ਡਿਮਾਂਡ ਦੀ। ਹਾਂਜੀ, ਉਹ ਜ਼ਰੂਰ ਦੱਸੋ ਜੀ ਵੀ ਇਹਨਾਂ ਦੀ ਡਿਮਾਂਡ ਕੀ ਰੱਖੀ ਆ ਤੁਸੀਂ? ਇਹ ਘੋੜੀ ਅਤੇ ਬਛੇਰੀ ਦੋਨਾਂ ਦਾ ਜੀ ਸੈੱਟ ਦਾ ਰੱਖਿਆ 5.5 ਲੱਖ ਰੁਪਇਆ। ਅੱਛਾ, ਘੋੜੀ ਵਿਦ ਬੱਚਾ ਇਹ ਹੈਗਾ 5.5 ਲੱਖ। 5.5 ਲੱਖ ਰੁਪਇਆ। ਠੀਕ ਹੈ ਜੀ, ਲੈਣ। ਹਾਂਜੀ, ਅਲੱਗ ਅਲੱਗ ਵੇਚੀਏ ਤਾਂ 3 ਲੱਖ ਰੁਪਇਆ ਬੱਚੀ ਦਾ, 2.5 ਲੱਖ ਰੁਪਇਆ ਘੋੜੀ ਦਾ। ਹਾਂ, ਜੇ ਕਿਸੇ ਅਲੱਗ ਅਲੱਗ ਲੈਣੀ ਆ ਤਾਂ 2.5 ਲੱਖ ਦੀ ਘੋੜੀ, 3 ਲੱਖ ਰੁਪਇਆ ਦੀ ਬਛੇਰੀ। ਠੀਕ ਹੈ ਜੀ, ਅਤੇ ਹੁਣ ਗੱਲ ਕਰੀ ਜੇ ਆਹ ਬਛੇਰੀ ਦੀ ਜੀ, ਇਹਦਾ ਕੀ ਪ੍ਰਾਈਜ਼ ਰੱਖਿਆ ਜੀ? ਇਹਦਾ 1,25,000 ਰੁਪਇਆ ਮੰਗਦੇ ਹਾਂ ਜੀ। ਠੀਕ ਹੈ, ਬਾਕੀ ਮੌਕੇ 'ਤੇ ਕੋਈ ਇਹੋ ਜਿਹਾ ਕੋਈ ਮਾਣ ਹੋਊ ਹਜ਼ਾਰ, ਜੇ ਕੋਈ ਬੰਦਾ ਗਾਹਕ ਲੱਗਦਾ ਉਹ ਜੀ ਗੱਲ ਦੱਸੀ ਜਾਂਦੀ। ਠੀਕ ਆ, ਹਾਂ, ਉਹ ਨੈਗੋਸ਼ੀਏਬਲ ਹੈ ਜੀ। ਹਾਂਜੀ ਹਾਂਜੀ, ਉਹ ਜੇ ਕੋਈ ਸੌਦਾ ਕਰੂਗਾ ਤਾਂ ਉਹ ਮਾਣ, ਜੇ ਕੋਈ ਗੱਲ ਲਵੇ ਲਾਊ ਜੀ ਉਹਨੂੰ ਫਿਰ ਦਰਾਹ ਦਿੱਤਾ ਜਾਂਦਾ ਜੀ, ਉਹਨੂੰ ਉਹੋ ਜਿਹੀ ਗੱਲ ਹੋ ਜੂਗੀ। ਹਾਂਜੀ ਹਾਂਜੀ, ਅਤੇ ਜੇ ਕੋਈ ਵੀਰ ਜੀ ਉਹਨਾਂ ਨੂੰ ਲੈਣ 'ਚ ਇੰਟਰਸਟਡ ਹੈ, ਬਾਈ ਜੀ ਕੰਟੈਕਟ ਨੰਬਰ 98720। ਠੀਕ ਹੈ ਜੀ, 72196। 12 ਮਹੀਨੇ ਘੋੜੀਆਂ ਅਵੇਲੇਬਲ ਨੇ ਸੇਲ ਲਈ, ਕਦੇ ਵੀ ਤੁਸੀਂ ਜਾ ਕੇ ਕਿਸੇ ਵੀ ਤਰ੍ਹਾਂ ਦੀ ਘੋੜੀ ਲੈਣੀ ਹੋਵੇ ਬਾਈ ਉਹਨਾਂ ਸੰਪਰਕ, ਬਾਕੀ ਫੋਨ 'ਤੇ ਕਨੈਕਟ ਕਰ ਸਕਦੇ ਹੋ। ਹਾਂ, ਫੋਨ ਵੀ ਕਰ ਸਕਦੇ ਹੋ, ਜਿਹੋ ਜਿਹੀਆਂ ਘੋੜੀਆਂ ਇਹਨਾਂ ਦੇ ਘਰੇ ਹੋਣਗੀਆਂ ਉਹ ਤੁਹਾਨੂੰ ਉਹਨਾਂ ਦੀ ਡਿਟੇਲ ਦੇ ਦੇਣਗੇ, ਹੈ ਨਾ ਜੀ? ਵੀਡੀਓ ਫੋਟੋ ਸਾਰਾ ਕੁਝ ਪਾ ਦੇਣਗੇ, ਸਾਰਾ ਕੁਝ ਪਹੁੰਚ ਜੂਗਾ। ਤੋ ਦੋਸਤੋ, ਜੈਸੇ ਕਿ ਆਪ ਅਦਰ ਸਟੇਟਸ ਵਾਲੇ ਜੋ ਹਮਾਰੇ ਸਬਸਕ੍ਰਾਈਬਰ ਹੈ ਵੋ ਹਮੇ ਕਾਫੀ ਕਮੈਂਟ ਕਰਤੇ ਹੈ ਕਿ ਹਮੇ ਪੰਜਾਬੀ ਜੋ ਲੈਂਗੁਏਜ ਹੈ ਵੋ ਸਮਝ ਨਹੀਂ ਆਤੀ, ਤੋ ਉਸਮੇ ਆਪ ਹਿੰਦੀ ਮੇਂ ਵੀ ਬਤਾਏ, ਤੋ ਇਸਕੇ ਲਈ ਮੈਂ ਥੋੜ੍ਹਾ ਸਾ ਆਪਕੋ ਬਤਾਨੇ ਜਾ ਰਹਾ ਹੂੰ। ਤੋ ਦੋਸਤੋ, ਯੇ ਜੋ ਆਪ ਸਾਹਮਣੇ ਮਾਰਵਾੜੀ ਘੋੜੀ ਦੇਖ ਰਹੇ ਹੈ, ਇਸਕੀ ਜੋ ਹਾਈਟ ਹੈ ਵੋ 62+ ਇਸਕੀ ਹਾਈਟ ਹੈ, ਔਰ ਇਸਕੀ ਜੋ ਅਗਰ ਏਜ ਕੀ ਬਾਤ ਕਰੇ ਤੋ ਵੋ 6 ਸੇ 7 ਸਾਲ ਹੈ, ਔਰ ਆਗੇ ਅਭੀ ਯੇ ਪ੍ਰੈਗਨੈਂਟ ਨਹੀਂ ਹੈ, ਕਿਉਂਕਿ ਇਸਕੇ ਨੀਚੇ ਅਭੀ ਛੋਟੀ ਬੱਚੀ ਹੈ, ਔਰ ਇਸਕੀ ਜੋ ਡਿਮਾਂਡ ਪ੍ਰਾਈਜ਼ ਹੈ ਵੋ 250, ਮਤਲਬ 2.5 ਲੱਖ ਰੁਪਏ ਇਸਕੀ ਡਿਮਾਂਡ ਹੈ। ਔਰ ਉਸਕੇ ਬਾਅਦ ਯੇ ਜੋ ਆਪ ਆਗੇ ਇੱਕ ਬਛੇਰੀ ਦੇਖ ਰਹੇ ਹੈ, ਜਿਸਕੋ ਕਿ ਲਕਸ਼ਮੀ ਬੋਲਾ ਜਾਤਾ ਹੈ, ਇਸਕੇ ਆਗੇ ਕੇ ਦੋ ਪੈਰ ਸਫੇਦ ਹੈ, ਮੱਥੇ ਪੇ ਇਸਕੇ ਜੋ ਹੈ ਫੂਲ ਬੋਲ ਦਿਆ ਜਾਤਾ ਹੈ,
और एज है वो 3 मंथ है और इसका जो डिमांड प्राइस है वो 3 लाख रुपये है। बहुत ही अच्छी मार्किंग वाली जो बच्ची है ये, अगर आप लेना चाहे तो इनसे संपर्क कर सकते। दोस्तों ये जो आप बछेरी देख रहे हो 3 पैर सफ़ेद हैं, माथे पे ब्लेज है, इसकी जो एज है वो 2.5 महीने एज है इसकी, 2.5 मंथ की अभी, और इसका जो डिमांड प्राइस है वो 1,25,000 है। और जिसको भी इंटरेस्टेड हो वो आप इनके कॉन्टेक्ट नंबर पे आप इनसे बात कर सकते हैं। और ये राजस्थान का सूरज घोड़ा है, उसकी ये बच्ची है।